ਲੁੱਟ ਪਰਾਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ ਹੁੰਦਾ ਕਰਤਾਰ ਹੈ ਜਿਨ੍ਹਾਂ ਨੇ ਬਣਾ ਲਿਆ।
ਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗਨ ਬੇਪੂਤੇ ਪਤਿਤ ਪਾਵਨ ਭਗਤ ਵਸ਼ਰ ਕਿਰਪਾ ਨਿਦਾਨ ਬਾਣੀ ਕੇ ਬੋਹਿਤ ਚਵਰ ਛਤਰ ਦੇ ਮਾਲਕ ਸਿੱਖ ਦੀਆਂ ਸ਼ੁਭ ਮਨੋਕਾਮਨਾ ਪੂਰੀਆਂ ਕਰਨ ਵਾਲੇ ਗਰੀਬ ਨਵਾਜ਼
ਜੁਗ ਹੋ ਜੁਗ ਅਟਲ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਕਰੀਏ ਰਸਨਾ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਗੁਰੂ ਕਲਗੀਧਰ ਪਾਤਸ਼ਾਹ ਦਾ ਬਖਸ਼ਿਆ ਹੋਇਆ ਨਾਰਾ ਕਰੀਏ ਬੁਲੰਦ। ਇੱਕ ਵਾਰ ਆਖਣ ਤੇ ਇੱਕ ਵਾਰ ਬੇਨਤੀ ਕਰਨ ਤੇ ਸਾਡੀਆਂ ਦੇ ਤੁਹਾਡੀਆਂ ਹਾਜ਼ਰੀਆਂ ਗੁਰੂ ਦੇ ਦਰ ਪ੍ਰਵਾਨ ਹੋ ਜਾਣੀਆਂ ਨੇ। ਇਸ ਲਈ ਇੱਕ ਵਾਰ ਬੇਨਤੀ ਕਰਨ ਤੇ ਸਭ ਮਾਈ ਭਾਈ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਵੱਡੇ ਭਾਗੇ ਹੋ ਜੋ ਗੁਰੂ ਦੀ ਸਾਧ ਗੁਰੂ ਕੀ ਸੰਗਤ ਵਿੱਚ, ਗੁਰੂ ਦੀ ਨਵਾਜੀ ਹੋਈ ਸਾਧ ਸੰਗਤ ਵਿੱਚ ਜੁੜ ਬੈਠੇ। ਇਹ ਸਮਾਂ ਬਹੁਤ ਹੀ ਭਾਗਾਂ ਨਾਲ ਨਸੀਬ ਹੁੰਦਾ ਹੈ। ਇਨਸਾਨ ਅਕਸਰ ਹੀ ਆਪਣੇ ਦੁਨਿਆਵੀ ਕੰਮ ਕਰਦਿਆਂ, ਆਪਣੇ ਕਿੱਤੇ ਕਰਦਿਆਂ ਜੋ ਸਮਾਂ ਬਤੀਤ ਕਰਦਾ ਹੈ, ਉਹਦੇ ਮਨ ਦਾ ਇਹ ਭੁਲੇਖਾ ਹੁੰਦਾ, ਉਹਦੀਆਂ ਇਹ ਘੜੀਆਂ ਲੇਖੇ ਵਿੱਚ ਲੱਗ ਗਈਆਂ। ਅਕਸਰ ਉਹ ਗੱਲ ਕਹਿ ਦਿੰਦਾ, ਅੱਜ ਸਾਰਾ ਦਿਨ ਮੈਂ ਕੰਮ ਕਰਦਾ ਰਿਹਾ, ਅੱਜ ਸਾਰਾ ਦਿਨ ਮੈਂ ਉਹ ਕੰਮ ਕਰਦਾ ਰਿਹਾ, ਅੱਜ ਸਾਰਾ ਦਿਨ ਮੈਂ ਇਹ ਕੰਮ ਕਰਦਾ ਰਿਹਾ, ਇੱਕ ਪਲ ਵੀ ਵਿਹਲਾ ਨਹੀਂ ਬੈਠਾ। ਪਰ ਉਹ ਇਹ ਨਹੀਂ ਜਾਣਦਾ, ਅਣਜਾਣ ਹੀ ਤੁਰਿਆ ਫਿਰਦਾ ਗੁਰੂ ਦੀ ਮੱਤ ਤੋਂ ਅਣਜਾਣ। ਉਹ ਇਨਸਾਨ ਇਹ ਨਹੀਂ ਜਾਣਦਾ, ਜਦ ਪਰਮਾਤਮਾ ਦੀ ਦਰਗਾਹ ਵਿੱਚ ਪੇਛੀ ਹੋਣੀ ਹੈ, ਉਹ ਘੜੀਆਂ ਉਹ ਪਲ ਜ਼ਿੰਦਗੀ ਦੇ ਸਫਲ ਮੰਨੇ ਜਾਣੇ ਨੇ ਜਿਹੜੇ ਪਰਮਾਤਮਾ ਦੀ ਆਰਾਧਨਾ ਉਹਦੀ ਬੰਦਗੀ ਕਰਦਿਆਂ ਹੋਇਆ ਬਤੀਤ ਹੋਣੀ। ਸੱਚ ਹੈ ਵਡਭਾਗੇ ਹੋ, ਪਿੰਡ ਮੁੱਛਲ ਦੀ ਸਾਰੀ ਹੀ ਸੰਗਤ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਤਿਕਾਰ ਕਮੇਟੀ, ਇਹਨਾਂ ਸਾਰੇ ਹੀ ਵੀਰਾਂ ਦੇ, ਭੈਣਾਂ ਦੇ, ਬੱਚਿਆਂ ਦੇ, ਬਜ਼ੁਰਗਾਂ ਦੇ ਉਪਰਾਲੇ ਸਦਕਾ, ਅਨੋਖੇ ਅਮਰ ਸ਼ਹੀਦ, ਜਿੰਦਾ ਸ਼ਹੀਦ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਪ੍ਰਗਟ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਰਚਿਆ ਗਿਆ। ਜਿਹੜੇ ਮਹਾਂਪੁਰਸ਼ ਹੁੰਦੇ ਨੇ, ਜਿਹੜੇ ਸ਼ਹੀਦ ਹੁੰਦੇ ਨੇ, ਜਿਹੜੇ ਆਪਣੀ ਕੌਮ ਲਈ ਕੁਝ ਕਰਕੇ ਜਾਂਦੇ ਨੇ, ਯਾਦ ਰੱਖ, ਜਦ ਕਦੇ ਨਾਵਾਂ ਦੀ ਗੱਲ ਆਉਂਦੀ ਹੈ ਸਾਨੂੰ ਆਪਣੇ ਪਿਤਾ ਦਾਦਾ